ਸਿਕਿਉਰਿਟੀ ਦਾ ਜਿਹੜਾ ਫੇਲਿਓਰ ਹੈ ਬਹੁਤ ਬੜਾ। ਸਟੇਟ ਗਵਰਨਮੈਂਟ ਜੋ ਹੈ ਉਹ ਅਗਰ ਪ੍ਰਧਾਨ ਮੰਤਰੀ ਜੀ ਦੇ ਕਾਫਲੇ ਕੋ ਸੁਰੱਖਿਆ ਨਹੀਂ ਦੇ ਸਕਦੀ ਤੋ ਆਮ ਨਾਗਰਿਕ ਕੋ ਕਹਾਂ ਸੇ ਦੇਗੇ। ਪਰ ਇਹ ਜੋ ਇਸ ਤਰ੍ਹਾਂ ਕੀ ਬਾਤ ਹੈ ਇਹ ਨਹੀਂ ਹੋਣੀ ਚਾਹੀਦੀ ਥੀ ਔਰ ਇਹ ਰਾਜਨੀਤਿਕ ਸਾਧਨ ਲਈ ਕਰਦੇ ਹੈ ਤੋ ਇਹ ਮੈਂ ਸਮਝਦਾ ਹਾਂ ਉਹਨੇ ਅੱਜ ਪੰਜਾਬ ਸਰਕਾਰ ਨੇ ਬਹੁਤ ਗਲਤ ਕੰਮ ਕੀਤਾ ਹੈ ਇਹ ਨਹੀਂ ਹੋਣਾ ਚਾਹੀਦਾ। अच्छा गरेवाल साहब एक जिहड़ा बयान सामने आया न्यूज़ एजेंसी के अधिकारियों दस्या एयरपोर्ट अथॉरिटी के अधिकारियों ने दस्या कि प्रधानमंत्री ने यह गल कही है कि अपने मुख्यमंत्री को धन्यवाद करना कि मैं जिंदा आ पाया बठिंडा एयरपोर्ट तक। हाँ बिल्कुल जी क्या उन्होंने क्योंकि उन्होंने कोशिश पूरी थी कि ये सुरक्षित ना जा सकन ये बिल्कुल जी क्या उन्होंने दृष्टि वाल और इस तरह की गल किसी भी स्टेट च कदे नहीं हुई और ये पंजाब का जरा मुख्यमंत्री और पंजाब का गृह मंत्री जिम्मेदार रिस्पॉन्सिबल स्टेट गवर्नमेंट और ये भी उन्होंने ठीक है ठीक है। ਗਰੇਵਾਲ ਸਾਹਿਬ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ और ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਂ ਬਿਲਕੁਲ ਸਿਕਿਉਰਿਟੀ ਲੈਪਸ ਹੈ ਵੱਡਾ ਫੇਲਿਅਰ ਹੈ ਔਰ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਹੁਣ ਕਾਰਵਾਈ ਕੀ ਹੋਵੇਗੀ ਔਰ ਲਗਾਤਾਰ ਇਹ ਚੀਜ਼ਾਂ ਵੀ ਕਹੀਆਂ ਜਾ ਰਹੀਆਂ ਨੇ ਕਿ ਅਫਵਾਹਾਂ ਅਜੇ ਫਿਲਹਾਲ ਤੌਰ ਤੇ ਅਫਵਾਹਾਂ ਨੇ ਕਿ SSP ਕੋਈ ਸਸਪੈਂਡ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ ਪਰ ਅਜੇ ਇਸ ਬਾਰੇ ਕੁਝ ਪੁਖਤਾ ਤੌਰ ਤੇ ਨਹੀਂ ਕਿਹਾ ਜਾ ਸਕਦਾ।